ਯਾਰ ਤੁਸੀਂ ਦੇਖ ਸਕਦੇ ਹੋ ਹੈ ਪੂਰੀਆਂ ਘੈਂਟ ਨੇ, ਪੂਰੀ ਫੀਲਿੰਗ ਤਾਂ ਦੂਜੀ ਆਉਂਦੀ। ਇਹ ਵੀ ਮਤਲਬ ਪ੍ਰਾਈਸ ਨੇ ਡਿਪੈਂਡ ਕਰਦਾ ਇਹੋ ਜਿਹੇ ਫੀਚਰ ਵਗੈਰਾ। ਮੈਂ ਬਹੁਤ ਕਮੈਂਟ ਆਈ ਜਾਣ ਕਹਿੰਦੇ ਬਾਈ ਇਹ ਨਿਊਡਲਾਂ ਤਰ੍ਹਾਂ ਬਣਦੇ, ਜਿਹੜੇ ਦੂਜੇ ਨਿਊਡਲ ਨਹੀਂ ਹੁੰਦੇ ਗੇ ਉਵੇਂ ਬਣਦੇ ਆ ਇਹ ਹਾਕਾ, ਉਹ ਮੈਂ ਮੈਗੀ ਤਰ੍ਹਾਂ ਬਣਾਤੇ ਇਹ। ਕਿਉਂਕਿ ਜਿਹੜੀਆਂ ਆਹਲੀਆਂ ਨੇ ਇਹਦੇ ਵਿੱਚ ਇੱਕ ਸਪਰਿੰਗ ਹੁੰਦਾ ਹਨਾ, ਜਿਹਦੇ ਨਾਲ ਮਤਲਬ ਅੱਗੇ ਨਿਕਲਦੀ ਹੈ ਗੋਲੀ, ਪਰ ਜਿਹੜੀਆਂ ਇਹ ਹੁੰਦੀਆਂ ਨੇ ਇਹਦੇ ਵਿੱਚ ਕੋਈ ਪਤਾ ਨਹੀਂ ਅਲੱਗ ਤਰ੍ਹਾਂ ਦੀ ਗੈਸ ਬਣ ਪੈ। ਥੋੜਾ ਘਰੀ ਫਿਰ ਸਵਾਗਤ ਆ ਵੀਰਾਂ ਦੇ ਘੈਂਟ ਜੇ ਲੋ ਦੇ ਵਿੱਚ। ਅੱਜ ਦੇ ਵਲੌਗ ਦੀ ਸਟਾਰਟਿੰਗ ਹੋ ਰਹੀ ਹੈ ਜੀ ਬਹੁਤ ਜ਼ਿਆਦਾ ਘੈਂਟ ਬੈਕਗਰਾਉਂਡ ਤੋਂ। ਅੱਛਾ ਦੇਖਿਓ ਇਹਨੇ ਸਿਨੇਮੈਟਿਕ ਲਾ ਲਿਆ ਵੀ ਮੈਂ ਆ ਫੋਕਸ ਚਾਹਾਂ ਤੇ ਅਸੀਂ ਪਿੱਛੋਂ ਬਲਰ ਹੋ ਜਾਈਏ, ਜਿੱਥੇ ਅਸੀਂ ਖੜ ਜਾਈਦਾ ਬਾਕੀ ਸਾਰੇ ਬਲਰ ਹੋ ਜਾਂਦੇ ਆ। ਦੇਖੋ ਹੈਰ ਰੀਲ ਬਣਾਉਂਦੇ ਬਣਾਉਂਦੇ ਐਂ ਕਰੇ ਹਨਾ, ਐਂ ਕਰੇ ਪਿੱਛੋਂ ਟ੍ਰੇਨ ਆ ਜਾਵੇ ਦੱਸੇ ਨਾ ਕਵੇ ਸੀਨ ਵਧੀਆ ਆ ਰਿਹਾ ਸੀਗਾ। ਇਹੋ ਜਿਹੇ ਕੈਮਰਾਮੈਨ ਹੁੰਦੇ ਆ ਬਾਈ, ਯਕੀਨ ਨਾ ਕਰਿਓ ਕਦੇ ਵੀ ਲਾਈਨਾਂ ਦੇ ਖੜ ਕੇ। ਇੱਕ ਵਾਰੀ ਸ਼ਿਮਲੇ ਗਿਆ ਤੇ ਬਾਂਦਰ ਦੀ ਵੀਡੀਓ ਬਣਾਈ ਜਾਂਦਾ ਸੀਗਾ, ਬਾਂਦਰ ਨਾਲੇ ਫੋਨ ਖੋਇਆ ਨਾਲੇ ਦੋ ਚਪੇੜਾਂ ਲਾਈਆਂ, ਯਾਦ ਆ ਨਿੱਕਾ ਜਿਹਾ ਬਾਂਦਰ ਸੀ ਕਿੰਨੇ ਕੁ ਮਾਰ ਲਿਆ ਯਾਰ। ਹੁਣ ਬਸ ਆਏ ਸੀ ਸਲੂਨ ਤੋਂ ਤੇ ਘਰ ਦੇ ਕੰਮ ਕਾਰ ਨਿਪਟਾ ਕੇ ਅਸੀਂ ਕਮ ਸੇ ਕਮ ਹੁਣ 6 ਵੱਜ ਚੁੱਕੇ ਆ ਤੇ ਹੁਣ ਜਾ ਕੇ ਵਲੌਗ ਸਟਾਰਟ ਕੀਤਾ, ਸਮਝ ਰਹੇ ਹੋ। ਸਵੇਰੇ ਕੰਮਾਂ ਕਾਰਾਂ 'ਚ ਫਸੇ ਹੋਏ ਸੀਗੇ ਯਾਰ, ਸ਼ੋਪਿੰਗ ਕਰਨੀ ਸੀ, ਔਨਲਾਈਨ ਵੀ ਥੋੜ੍ਹੀ ਬਹੁਤੀ ਕੀਤੀ, ਥੋੜ੍ਹੀ ਬਹੁਤੀ ਆਪਾਂ ਹਨਾ ਥੋੜ੍ਹੀ ਬਹੁਤੀ ਆਫਲਾਈਨ ਕੀਤੀ, ਤਾਂ ਉਹ ਕੰਮਾਂ ਕਰਕੇ ਯਾਰ ਬੜੇ ਤਾਂ ਬਿਜ਼ੀ ਹੋਏ ਪਏ ਸੀਗੇ, ਹੁਣ ਘੁੰਮਣ ਫਿਰਨ ਵੀ ਜਾਣਾ ਉਹਦੇ ਕਰਕੇ ਥੋੜ੍ਹੀ ਸ਼ੋਪਿੰਗ ਵਗੈਰਾ ਕਰ ਰਹੀ ਸੀ। ਅਤੇ ਹੁਣ ਯਾਰ 6 ਵੱਜ ਚੁੱਕੇ ਆ ਅਤੇ ਹੁਣ ਚੇਤਾ ਆਇਆ ਕਿ ਹੁਣ ਵਲੌਗ ਸਟਾਰਟ ਕਰਦੇ ਹਾਂ। ਪਰ ਤੁਹਾਨੂੰ ਪਤਾ ਯਾਰ ਮੇਰਾ ਨਾ ਬਹੁਤ ਜ਼ਿਆਦਾ ਇੰਟਰਸਟ ਆ, ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੋਇਆ ਹਨਾ ਕਿ ਜਿਹੜੀਆਂ ਨਿਸ਼ਾਨੇ ਵਾਲੀ ਚੀਜ਼ਾਂ ਹੁੰਦੀਆਂ ਨੇ ਨਿਸ਼ਾਨੇ ਲਾਉਣ ਵਾਲੀਆਂ, ਉਹਨਾਂ 'ਤੇ ਮੇਰਾ ਬੜਾ ਜ਼ਿਆਦਾ ਇੰਟਰਸਟ ਆ। ਜ਼ੁਕਾਮ ਜਿਹਾ ਹੋਇਆ ਹੋਇਆ ਤਾਂ ਆਇਆ ਕਹਿੰਦਾ ਆਵਾਜ਼ ਥੋੜ੍ਹੀ ਦਬੀ ਜਿਹੀ ਆਉਂਦੀ ਹੋਣੀ ਤਾਂ ਸੋਰੀ। ਤਾਂ ਮੈਂ ਸੋਚ ਰਿਹਾ ਕਿ ਆ ਜਿਹੜੀ ਅਸਲੀ ਬੰਦੂਕ ਹੁੰਦੀ ਹੈ ਨਾ ਉਹ ਤੁਹਾਨੂੰ ਪਤਾ ਹੀ ਹੈ, ਨਾ ਆਪਾਂ ਦਿਖਾ ਸਕਦੇ ਹਾਂ ਨਾ ਆਪਾਂ ਉਹਦੇ ਨਿਸ਼ਾਨੇ ਲਾ ਸਕਦੇ ਹਾਂ, ਮਤਲਬ ਫਾਇਰਿੰਗ ਕਰ ਸਕਦੇ ਹਾਂ, ਉਹ ਇਲੀਗਲ ਆ ਫਾਲਤੂ ਹਨਾ ਫਾਇਰ ਫੁਲ ਕੱਢਣੇ। ਤਾਂ ਮੈਂ ਸੋਚ ਰਿਹਾ ਕਿ ਜਿਹੜੀ ਇੱਕ 에ਅਰ ਰਾਈਫਲ ਹੁੰਦੀ ਹੈ ਨਾ ਮੈਂ ਉਹ ਲੈ ਕੇ ਆਵਾਂ। ਮੈਨੂੰ ਫਟਾਫਟ ਯਾਰ ਸੁਜੈਸਟ ਕਰੋ ਕਿ ਕਿਹੜੀ 에ਅਰ ਰਾਈਫਲ ਸਭ ਤੋਂ ਵਧੀਆ ਵਾ ਹਨਾ, ਕਿਉਂਕਿ ਮੈਂ ਨਾ ਸਰਚ ਕਰ ਰਿਹਾ ਸੀਗਾ, ਸਰਚ ਹੀ ਹੁੰਦਾ ਕਿ ਰਿਸਰਚ ਹੁੰਦਾ, ਸਰਚ ਕਰ ਰਿਹਾ ਸੀਗਾ ਅਤੇ ਉਹਦੇ ਵਿੱਚ ਮੈਨੂੰ ਦੇਖੀਆਂ ਹਨਾ ਅਤੇ 5000 ਤੋਂ ਲੈ ਕੇ 20-25 ਹਜ਼ਾਰ ਤੱਕ ਪੂਰੀ ਵਧੀਆ ਗੰਨ ਮਿਲਦੀ ਹੈ। ਚਲੋ ਮਹਿੰਗੀਆਂ ਤਾਂ ਜਿੰਨੀਆਂ ਮਰਜ਼ੀ ਲੈ ਲਓ ਪਰ 20 ਹਜ਼ਾਰ ਤੱਕ ਪੂਰੀ ਵਧੀਆ ਗੰਨ ਮਿਲਦੀ ਆ। ਪਰ ਜੇ ਤੁਹਾਨੂੰ ਕੋਈ ਪਤਾ ਹਨਾ ਗੰਨ 에ਅਰ ਰਾਈਫਲ ਕੋਈ ਘੈਂਟ ਜੀ ਨਿਸ਼ਾਨੇ ਵਾਲੀਆਂ ਵੀਡੀਓ ਲਾਵਾਂਗੇ ਤਾਂ ਜਿਹੜੀਆਂ ਵੀਡੀਓ ਹੋਣਗੀਆਂ ਉਹ ਜਸਟ ਐਜੂਕੇਸ਼ਨਲ ਵੀਡੀਓ ਹੋਣਗੀਆਂ ਹਨਾ, ਕੋਈ ਮਤਲਬ ਚੌੜਬਾਜ਼ੀ ਨਹੀਂ ਹੋਣੀ, ਜਸਟ ਐਜੂਕੇਸ਼ਨਲ ਵੀਡੀਓਜ਼ ਅਤੇ ਸਪੋਰਟਸ ਵਾਲੀਆਂ ਜਿਹੜੀਆਂ ਹੁੰਦੀਆਂ ਨੇ ਗੰਨਾਂ ਆਪਾਂ ਉਹੀ ਲੈ ਕੇ ਆਵਾਂਗੇ। ਅਤੇ ਤੁਹਾਨੂੰ ਪਤਾ ਫਿਰ ਉਹਨਾਂ ਦੀ ਯਾਰ ਮਾਰ ਵੀ ਬਥੇਰੀ ਹੁੰਦੀ ਆ, ਪਰ ਆਪਾਂ ਉਹਨੂੰ ਬਿਲਕੁਲ ਵੀ ਹਨਾ ਜਿਵੇਂ ਕੋਈ ਸ਼ਿਕਾਰ ਲਈ ਵਰਤਦੇ ਆ ਹਨਾ, ਜਿਵੇਂ ਆਪਣਾ ਘੁੱਗੀਆਂ ਕਬੂਤਰ ਮਾਰਦੇ ਆ, ਆਪਾਂ ਉਵੇਂ ਨਹੀਂ ਵਰਤਣਾ। ਮੈਡਮ ਸਲੂਨ ਜਾ ਕੇ ਆਇਆ, ਵਾਲੀ ਦੇਖੀ ਜਾਂਦੇ ਆ ਆਪਦੇ, ਵਧੀਆ ਲੱਗਦੇ ਆ ਨਾ ਸਪਾ ਜੀ ਕਰਾ ਕੇ। ਮੈਂ ਵੀ ਦੇਖਿਆ ਮੈਂ ਵੀ ਸਪਾ ਸਪੂ ਕਰਾਵਾਂ ਯਾਰ, ਤਾਂ ਮੇਰਾ ਜੀ ਕਰ ਰਿਹਾ ਕਿ ਹੁਣ ਮੈਂ ਜਾਵਾਂ, ਪਰ ਹੁਣ ਨਹੀਂ, ਮੈਂ ਸਵੇਰੇ ਜਾਊਂਗਾ ਆਪਣੇ ਯਾਰ ਦੋਸਤ ਦੇ ਨਾਲ ਅਤੇ ਜਾ ਕੇ ਉੱਥੇ ਘੈਂਟ ਘੈਂਟ ਗੰਨਾ ਲੈ ਕੇ ਆਵਾਂਗੇ। ਆਹਲਾ ਆਹ ਕੁਛ ਵੀ ਆ ਗਿਆ ਹੈ, ਆਪਾਂ ਲੈ ਤਾਂ ਜਾਣਾ ਖਾਣਾ ਕਦੇ ਵੀ ਨਹੀਂ ਇਹ ਗੱਲ ਹੈ ਨਾ, ਊਈਂ ਬਸ ਚਾਹ ਜਿਹਾ ਹੀ ਹੁੰਦਾ ਯਾਰ ਇਹਨਾਂ ਦਾ। ਆਹ ਟਰਾਈ ਕਰੀਏ, ਕਰਨਾ ਟਰਾਈ, ਛੋਟਾ ਪੈਕਟ ਵੀ ਲੱਭਣਾ ਪੈਣਾ, ਇਹ ਵਿਕਦੇ ਘੱਟ ਹੋਣੇ ਤਾਂ ਇਕੱਠੀ ਵੇਚ ਦਿੰਦੇ ਹਨ। ਇੱਕ ਵਾਰੀ ਆਹ ਲੈ ਗਏ ਸੀਗੇ ਚੈਲੰਜ ਵੇਲੇ, ਇੰਨਾ ਗੰਦਾ ਬਣਿਆ ਨਾ ਇਹ, ਸਾਨੂੰ ਨਹੀਂ ਸਾਨੂੰ ਪਤਾ ਕੀ ਸੀਗਾ ਵੀ ਇੱਦਾਂ ਮੈਗੀ ਵਾਂਗੂ ਬਣੂਗਾ, ਪਾ ਕੇ ਹਲਦੀਆਂ ਹੁਲਦੀਆਂ ਵਿੱਚ ਪਾਤੀਆਂ, ਹੋਰ ਹੀ ਕੜਾਹ ਜਿਹਾ ਬਣ ਗਿਆ ਇਹਨਾਂ ਦਾ। ਹਾਕਾ ਨਿਊਡਲ ਸੀਗੇ, ਬਹੁਤ ਕਮੈਂਟ ਆਈ ਜਾਣ ਕਹਿੰਦੇ ਬਾਈ ਇਹ ਨਿਊਡਲਾਂ ਤਰ੍ਹਾਂ ਬਣਦੇ, ਜਿਹੜੇ ਦੂਜੇ ਨਿਊਡਲ ਨਹੀਂ ਹੁੰਦੇ ਗੇ ਰੇਹੜੀਆਂ ਤੋਂ ਮਿਲਦੇ ਹੁੰਦੇ ਆ, ਉਵੇਂ ਬਣਦੇ ਆ ਇਹ ਹਾਕਾ, ਉਹ ਮੈਂ ਮੈਗੀ ਤਰ੍ਹਾਂ ਬਣਾਤੇ ਇਹ। ਚੈਲੰਜ ਸੀਗਾ ਬੀਂਗ ਸਰਦਾਰ ਤੇ ਆਹੋ ਲਿਵਿੰਗ ਇਨ ਟੈਰਿਸ ਫੋਰ 20, ਲਿਵਿੰਗ ਔਨ ਕੇ ਇਨ ਔਨ ਲਿਵਿੰਗ ਔਨ ਟੈਰਿਸ ਫੋਰ 24 ਆ। ਕਾਫੀ ਤਾਂ ਲੈ ਗਏ ਸੀ ਆਪਾਂ ਮਿਊਸਲੀ, ਅੱਜ ਇੱਥੇ ਘਰਦਿਆਂ ਨਾਲ ਆ ਕੇ ਨਾ ਇਹੋ ਜਿਹੀਆਂ ਚੀਜ਼ਾਂ ਦੇਖ ਕੇ
ਗੱਲ ਚੇਤਾ ਆ ਗਈ, ਉਹ ਚੰਡੀਗੜ੍ਹ ਜਾਂਦੇ ਸੀ ਨਾ ਗਾਣੇ ਗੁਣੇ ਰਿਕਾਰਡਿੰਗ ਕਰਨ ਜਾਂ ਉੱਦਾਂ, ਉੱਥੇ ਹੁਣ ਕਈ ਯਾਰ ਦੋਸਤ ਹੈ ਨਾ ਡਰਿੰਕ ਕਰਦੇ ਆ, ਉਹ ਚੰਡੀਗੜ੍ਹ ਦੇ ਐਡੇ ਐਡੇ ਮੁੱਲਾਂ 'ਚ ਲੈ ਜਾਂਦੇ ਸੀਗੇ ਸਟੋਰਾਂ ਵਿੱਚ, ਫਿਰ ਉੱਥੇ ਇੰਨੀਆਂ ਦਾਰੂਆਂ ਪਈਆਂ ਹੁੰਦੀਆਂ ਜਿਵੇਂ ਆਹ ਪਿਆ ਨਾ, ਇੰਨੀਆਂ ਘੈਂਟ ਘੈਂਟ ਦਾਰੂਆਂ, ਬਲੂ ਲੇਵਲ, ਕਿਹੜੀ ਲਟਰਮ ਬਟਰਮ, ਰੈੱਡ ਲਟਰਮ ਬਟਰਮ ਜੋ ਵੀ ਹੁੰਦੀਆਂ, ਮੈਨੂੰ ਤਾਂ ਇੰਨਾ ਪਤਾ ਨਹੀਂ ਯਾਰ, ਮੈਂ ਗਰੀਬ ਬੰਦਾ। ਅਤੇ ਜਿਹੜੀਆਂ ਉਹ ਦਾਰੂਆਂ ਹੁੰਦੀਆਂ ਸੀਗੀਆਂ ਉੱਥੋਂ ਲੈ ਕੇ ਹੁਣ ਵਿਆਹ ਕਰਾ ਕੇ ਆਹ ਭਾਂਡੇ ਭੁੰਡੇ ਮਾਂਜਣ ਵਾਲੀਆਂ ਸਾਬਣਾਂ 'ਤੇ ਆ ਗਏ ਦੇਖ ਲਓ। ਨਹੀਂ ਨਹੀਂ ਉਹ ਗੱਲ ਕਰਦਾ, ਸਮਾਨ ਤਾਂ ਚਾਹੀਦਾ ਹੀ ਆ, ਮਤਲਬ ਕਹਿਣ ਦਾ ਭਾਵ ਵੀ ਜ਼ਿੰਮੇਵਾਰੀ ਆ ਜਾਂਦੀ ਆ, ਉਹ ਜਿਨ੍ਹਾਂ 'ਤੇ ਪੈਂਦੀਆਂ ਨੇ ਨਾ ਉਹਨਾਂ ਲਈ ਸੌਖਾ ਕਰਤਾ। ਇਹਨਾਂ ਨੇ ਲਿਖਿਆ ਹੋਇਆ 75, ਠੀਕ ਹੈ, ਇਹਨਾਂ ਦੇ ਹੈ ਵੱਡੀਆਂ ਇਹ, ਇੱਥੇ ਇਹਨਾਂ ਨੇ ਲਿਖਿਆ 200। ਅਸੀਂ ਬਹੁਤ ਟਾਈਮ ਤੋਂ ਯਾਰ ਗਾਣਾ ਰਿਕਾਰਡ ਗਾਣਾ ਗਾਲਾਂ ਗਾਲਾਂ ਨਹੀਂ ਕਹਿ ਰਿਹਾ ਮੈਂ, ਗਾਣਾ ਬਹੁਤ ਟਾਈਮ ਤੋਂ ਆਪਾਂ ਯਾਰ ਗਾਣਾ ਰਿਕਾਰਡ ਕਰਨਾ ਸੀਗਾ, ਕਰਕੇ ਉਹਦੇ ਹੀ ਅੱਜ ਆਪਾਂ ਚੱਲੇ ਹਾਂ ਚੰਡੀਗੜ੍ਹ ਜਾਂ ਫਿਰ ਪਟਿਆਲੇ, ਦੇਖ ਰਹੇ ਇੱਥੋਂ ਵੀ ਬਾਈ ਬੁਲਾ ਲਊ ਕਿਸੇ ਚੱਲ ਜਾਂਗੇ, ਕਿਉਂਕਿ ਆਹ ਸਟੂਡੀਓ ਬਹੁਤ ਜ਼ਿਆਦਾ ਨੇ, ਤਾਂ ਕਰਕੇ ਫਟਾਫਟ ਆਪਾਂ ਨੂੰ ਜਾਣਾ ਪੈਣਾ, ਪਰ ਪਹਿਲਾਂ ਯਾਰ ਪੜ੍ਹੀ ਪਾਈਏ। ਗੱਡੀ ਨੂੰ ਵੀ ਪਿਆਸ ਲੱਗਦੀ ਹੈ ਬਾਈ ਜੀ, ਹੋਰ ਬੰਦਿਆਂ ਨੂੰ ਨਹੀਂ ਲੱਗਦੀ, ਇਕੱਲਿਆਂ ਨੂੰ। ਹਾਂ ਤੁਸੀਂ ਇਹਨਾਂ ਕੋਲ ਖਾ ਪੀ ਲੈਂਦੇ ਹੋ ਭਰਾਵੋ, ਗੱਡੀ ਨੂੰ ਵੀ ਕੋਈ ਖਵਾ ਪਿਆ ਦਿਆ ਕਰੋ। ਇਹ ਇਕੱਲਾ ਪੀਂਦੀ ਹੋਈ ਆ ਨਾ, ਲਿਕੁਇਡ ਜਾਂ ਵਗੈਰਾ ਕੁਛ ਵੀ ਖਾਂਦੀ ਪੀਂਦੀ ਜੀ। ਜਦੋਂ ਖਾ ਲੈਂਦੀ ਹੈ ਬਹੁਤ ਚੱਕਰ ਪੈ ਜਾਂਦਾ, ਜੋ ਕਚਰਾ ਫਸ ਜਾਂਦਾ ਨਾ ਇਹਦੇ ਇੰਜਨ 'ਚ। ਓਏ ਨਾ ਉਹ ਨਾ ਖਾਵੇ ਫਿਰ, ਉਹ ਪੂਰਾ 2 ਲੀਟਰ ਪਾਣੀ ਪੀਂਦਾ ਇਹ। ਅਤੇ ਹੁਣ ਆਪਾਂ ਚੱਲਿਆ, ਅਤੇ ਅੱਜ ਜਿਹੜੀ ਸਭ ਤੋਂ ਮੇਨ ਇੰਟਰਸਟਿੰਗ ਗੱਲ ਆ ਕਿ ਅੱਜ ਮੈਂ ਲੈ ਕੇ ਆਉਣੀ ਆ, ਐ ਬਸ ਸਮਝ ਗਏ, ਉਹ ਨਿਪਟਾਲੇ ਹੋਏ ਆ, ਤੇ ਇਹ ਵਿਆਹ ਵੇਲੇ ਨਾ ਬੋਤਲਾਂ ਪਤੀਆਂ ਸੀ, ਉਹ ਗੱਡੀ 'ਚ ਰੱਖ ਲਈਆਂ ਸਾਰੀਆਂ, ਕੰਮ ਆ ਜਾਂਦੀਆਂ। ਹਾਂ ਤੇ ਮੈਂ ਗੱਡੀ 'ਚ ਰੱਖੀਆਂ ਬਹੁਤ ਸਾਰੀਆਂ ਬੋਤਲਾਂ, ਤੇ ਘਰ ਦੇਣੇ ਜਾ ਕੇ ਘਰੇ ਰੱਖਤੀਆਂ, ਕਹਿੰਦੇ ਗੱਡੀ 'ਚ ਕੀ ਕੰਮ ਆ ਇਹਦਾ, ਘਰੇ ਤਾਂ ਵਾਧੂ ਇੰਨਾ ਪਾਣੀ ਵਿਹਲਾ ਹੀ ਆ, ਗੜ ਗੜ ਕਰਕੇ ਪੀਂਦਾ ਆ ਜਾ। ਅਤੇ ਆਲੂ ਵਾਲੇ ਪਰੌਂਠੇ ਹੁਣੇ ਖਾ ਕੇ ਹਟਿਆ, ਠੰਡਾ ਠੰਡਾ ਪਾਣੀ ਪੀ ਲਿਆ, ਰੈੱਡ ਬੁੱਲਾਂ ਗੱਡੀ 'ਚ ਪਈਆਂ ਨੇ, ਅਤੇ ਗਾਣਾ ਪੂਰਾ ਘੈਂਟ ਤਾਂ ਵੀ ਰਿਕਾਰਡ ਹੋਣਾ, ਕਿਉਂਕਿ ਬਾਈ ਗਲੇ ਜਿਹੜੇ ਆ ਨਾ ਇਹ ਜਮਾਂਦਰੂ ਹੀ ਮਿਲੇ ਹੋਇਆ ਮੇਰੇ। ਹਾਂ ਜਦੋਂ ਅਸੀਂ ਬਹਿ ਜਾਂਦੀ ਸਾਡੀ ਆਵਾਜ਼ ਉਦੋਂ ਵੀ ਸੁਰੀਲੇ ਹੀ ਨਿਕਲਦੀ ਆ, ਜਮਾਂ ਸਹੀ ਗੱਲ। ਹੁਣ ਬਾਈ ਜੀ ਸੀਐਮ ਆਪਣੇ ਨਾਲ ਆ ਚੁੱਕਿਆ, ਕੀ ਹਾਲ ਚਾਲ ਨੇ ਸੀਐਮ ਸਾਹਿਬ? ਵਧੀਆ ਵਧੀਆ ਜੀ। ਸੀਐਮ ਸਾਹਿਬ ਨੂੰ ਤਾਂ ਨਾਲ ਲੈ ਕੇ ਚੱਲੇ, ਕਿਉਂਕਿ ਫਿਰ ਗੱਲ ਲੈਣੀ ਆ, ਗੱਲ ਤਾਂ ਤੁਹਾਨੂੰ ਪਤਾ ਫਿਰ ਸੀਐਮ ਨਾਲ ਹੀ ਹੋਣੀ ਹੈ ਮੇਰੇ ਵੀਰੇ। ਉਹ ਤੇ ਇੱਧਰ ਅਮਨ ਵੀਰਾ ਕਹਿੰਦੇ ਜੀ ਕੈਮਰਾ ਦਿਖਾ ਦੇ ਬਾਈ, ਆ ਦੇਖੋ ਬਾਈ, ਸਾਰੇ ਕਹਿ ਰਹੇ ਕੈਮਰਾ ਹੋਰ ਤੁਸੀਂ ਵੇਚਤਾ ਕਿ ਨਹੀਂ ਵੇਚਿਆ ਬਾਈ? ਹੈਗਾ ਹੈਗਾ ਬਾਈ, ਇਹਦੇ ਨਾਲ ਵੀਡੀਓ ਬਣਾਇਆ ਕਰਾਂਗੇ, ਹੁਣ ਟੈਨਸ਼ਨ ਨਾ ਲਓ। ਤਾਂ ਆਪਾਂ ਹੁਣ ਪਹਿਲਾਂ ਤਾਂ ਪੈਟਰੋਲ ਪਾਈਏ ਯਾਰ, ਬਹੁਤ ਦੂਰ ਜਾਣਾ ਪਟਿਆਲੇ ਅਮਨ ਕਰਕੇ, ਤਾਂ ਕਰਕੇ ਫਿਰ ਹੁਣ ਪੈਟਰੋਲ ਪਾਈਏ, ਇਹਨੂੰ ਕਹਿ ਇਹਨੂੰ ਕਿ 2000 ਦਾ ਪਾ ਦੇ ਬਾਈ, ਬਾਈ 2000 ਦਾ ਤੇਲ ਪਾ ਦੋ ਜੀ, ਪੈਟਰੋਲ ਪੈਟਰੋਲ ਚਲੋ ਬਾਈ, ਪੈਟਰੋਲ ਵਾਲੇ ਪਾਸੇ ਲੈ ਕੇ ਚੱਲਦੇ ਹਾਂ, ਗਲਤ ਪਾਸੇ ਆ ਗਏ ਸੀ, ਚੱਲ ਅੱਗੇ ਲੈ ਜਾਵਾਂਗੇ। ਹੁਣ ਪੈਟਰੋਲ ਪਾਉਣੇ ਤੇ ਚੱਲਦੇ ਆ ਬਾਈ, ਗਾਣਾ ਇੰਨਾ ਘੈਂਟਣਾ ਤੇ ਵਿੱਚ ਯਾਰ ਮੇਰਾ ਵੀ ਬਹੁਤ ਵਧੀਆ ਰੋਲ ਆ ਹਨਾ ਅਮਨ ਵੀਰੇ? ਹਾਂਜੀ ਹਾਂ, ਗਾਣੇ ਵਿੱਚ ਵੀ ਇੱਕ ਉਹ ਆ, ਇਹਨੂੰ ਪੁੱਛ ਪੇਟੀਐਮ ਵਰਸ ਥੱਲੇ ਹੀ ਆ ਭਰਾਵਾ, ਉਹ ਮੈਂ ਪੇਟੀਐਮ ਮਿਲ ਜੂਗੀ, ਪੇਟੀਐਮ ਹੈਗਾ? ਹਾਂ 2000 ਦਾ ਹੈਗਾ, ਹੈਗਾ ਹੈਗਾ ਬਾਈ, ਹੈਗਾ ਮਾੜਾ ਧਿਆਨ ਰੱਖੀਦਾ ਹੁੰਦਾ ਬਾਈ ਇਹੋ ਜਿਹੇ ਥਾਵਾਂ 'ਤੇ, ਠੀਕ ਆ ਅਮਨ ਬਾਈ? ਵੀ ਜਵਾਕ ਹੋ ਤਾਂ ਕਰਕੇ ਤੁਹਾਨੂੰ ਸੁਣਾ, ਵੀ ਕਈ ਵਾਰੀ ਇੱਦਾਂ ਹੁੰਦਾ ਵੀ ਜਿਵੇਂ 500 ਦਾ ਪਹਿਲਾਂ ਪਾਇਆ ਹੁੰਦਾ, ਉੱਥੇ ਕਈ ਵਾਰੀ ਸਟਾਰਟ ਹੋ ਜਾਂਦੇ ਆ ਕਈ ਪੈਟਰੋਲ ਪੰਪ 'ਤੇ, ਇੱਦਾਂ ਹੁੰਦਾ। ਚਲੋ ਬਾਈ ਹੁਣ ਚੱਲਦੇ ਹਾਂ, ਅਤੇ ਗਾਣਾ ਇੰਨਾ ਘੈਂਟ ਤੁਹਾਨੂੰ ਜਾ ਕੇ ਸੁਣਾਉਂਦੇ ਹਾਂ ਇੱਕ ਵਾਰੀ, ਅਤੇ ਇਹ ਆ ਵੀ ਬਸ ਬਾਗੋ ਬਾਗ ਹੀ ਹੋਇਆ ਨਾ, ਅਤੇ ਗਾਣੇ ਨਾਲੋਂ ਵੱਧ ਚਾਅ ਮੈਨੂੰ ਬੰਦੂਕ ਦਾ ਵਾ, ਕਿਉਂਕਿ ਬਾਈ ਨਿਸ਼ਾਨੇ ਵਾਜੀਆ ਕਰਿਆ ਕਰਾਂਗੇ ਹੁਣ, ਅਤੇ ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਕਿਹੜੀ ਬੰਦੂਕ ਆ, ਕੀ ਹਿਸਾਬ ਕਿਤਾਬ ਆ ਸਾਰਾ ਕੁਛ।
ਸੀਗਾ। ਆ ਦੇਖ ਵੀਰੇ ਇਹ ਹੁੰਦੀ ਆ ਰਗੜ। ਅੱਛਾ ਅੱਛਾ, ਕੋਈ ਦਾਗ ਆ ਰਗੜਾ, ਲੁੱਕ ਦਾ ਦਾਗ, ਪੀਲਾਪਨ, ਇਹ ਹੁੰਦੀ ਕਰੀਮ ਈਰੋ ਡਾਇਮੰਡ। ਓਕੇ ਓਕੇ, ਕੁਛ ਨਹੀਂ ਕਰਨਾ ਮੇਰੇ ਭਾਈ, ਕੰਪਨੀ ਨੇ ਬਣਾਈ ਹੋਈ ਆ ਚੀਜ਼ ਇਹਨਾਂ ਲਈ। ਆ ਲਾਤਾ ਮੇਰੇ ਭਾਜੀ? ਹਾਂ ਲਾਤਾ ਭਾਈ। ਕਾਟਨ ਦੇ ਕੱਪੜੇ ਨੇ, ਜਦੋਂ ਤੁਸੀਂ ਇਹਨੂੰ ਸਲੈਡਰ ਅਪ ਕਰੋਗੇ ਇਹਨੇ ਕੱਦ ਕਲਰ ਨੂੰ ਮੇਨਟੇਨ ਕਰਕੇ ਵਿੱਚ ਮੈਚ ਕਰ ਦੇਣਾ ਮੇਰੇ ਭਾਈ। ਜਿਹੜਾ ਪੇਂਟ ਕੱਟ ਵੀਰ ਜੀ ਉਹ ਨਹੀਂ ਜਾਣਾ, ਲੇਕਿਨ ਜਿਹੜਾ ਪੇਂਟ ਦੇ ਉੱਪਰ ਰਗੜਾ ਉਹ ਆਲਰੇਡੀ ਚੱਲ ਚੱਕੇ ਜਾਣੀ। ਚਲਾ ਗਿਆ ਉਹ। ਗੱਡੀ ਤੁਸੀਂ ਬਾਹਰ ਵਾਸ਼ ਕਰਾਉਣਗੇ ਘਰੇ ਵਾਸ਼ ਕਰਾਉਣਗੇ ਮੇਰੇ ਭਾਈ? ਬਾਹਰੋਂ ਭਾਈ। ਧੋਣ ਤੋਂ ਬਾਅਦ ਹਜੇ ਤੱਕ ਕਰਾਈ ਨਹੀਂ ਯਾਰ, ਬਹੁਤ ਟਾਈਮ ਹੋ ਗਿਆ। ਤੁਸੀਂ ਚਾਹੁੰਦੇ ਨਾ ਧੋਣ ਤੋਂ ਬਾਅਦ ਆ ਹੁੰਦੇ ਜਿਹੜੇ ਮਿੱਟੀ ਖੜਦੀ? ਹਾਂਜੀ ਹਾਂਜੀ ਹਾਂਜੀ। ਹਾਂ ਹਾਂ ਹਾਂ, ਆ ਲੱਗ ਨਾ ਉੱਤੇ, ਨਾ ਕੋਈ ਮਿੱਟੀ ਆਉਣੀ ਨਾ ਕੋਈ ਡਸਟ ਆਉਣੀ। ਇਹਨੇ ਤੁਹਾਡੇ ਕਲਰ ਨੂੰ ਮੇਨਟੇਨ ਕਰਨ ਵਿੱਚ ਮੈਚ ਕਰ ਦੇਣਾ ਮੇਰੇ ਭਾਈ। ਵੀ ਜੇ ਇੱਥੇ ਨੌ ਲੱਗ, ਦੇਖੋ ਲਾਇਓ ਮਾੜਾ ਇੱਥੇ ਲਾਇਓ। ਹਾਂ ਜ਼ਮੀਨ ਆਸਮਾਨ ਦਾ ਫਰਕ ਆ ਵੀ। ਖੜੇ ਵਿੱਚ ਮਾੜਾ। ਓਕੇ ਓਕੇ, ਯਾਤਰਾ ਸਫਲ ਕਰਿਆ ਦੇਖੋ ਮੇਰੇ ਭਾਈ। ਲਓ ਮੇਰੇ ਭਾਈ, ਲਓ ਵੀਰੇ, ਚੀਜ਼ ਬਹੁਤ ਵਧੀਆ ਮੇਰੇ ਭਾਈ, ਬਹੁਤ ਹੀ ਵਧੀਆ ਮੇਰੇ ਭਾਈ। ਅੰਦਰ ਡੈਸ਼ਬੋਰਡ ਤੇ ਯੂਜ਼ ਕਰ ਸਕਦੇ, ਦਾਗ ਵਾਲੀ ਯੂਜ਼ ਕਰ ਸਕਦੇ ਮੇਰੇ ਭਾਈ। ਸੜਕ ਜੀ ਯਾਰ ਬਾਹਲੀ ਖਰਾਬ ਹੋਈ ਪਈ ਆ ਇੱਧਰ ਨੂੰ ਯਾਰ, ਦੇਖੋ ਕੱਚੇ ਮਾਲ ਰੋਡ ਨਾਲ ਜ਼ਿਆਦਾ ਬੁਰਾ ਹਾਲ ਹੈ। ਹੋਰ ਲੁਧਿਆਣੇ ਤੋਂ ਖੰਨੇ ਵੱਲ ਨੂੰ ਜਾ ਰਹੇ ਆ, ਮਤਲਬ ਚੰਡੀਗੜ੍ਹ ਵਾਲੇ ਪਾਸੇ ਨੂੰ, ਜਾਂ ਦਰਾਹੇ ਵਾਲੀ ਨਹਿਰਾ ਸਾਈਡ ਤੇ। ਇੰਨੀ ਜ਼ਿਆਦਾ ਖਰਾਬ ਯਾਰ, ਠੀਕ ਕਰੋ ਬਾਈ, ਸਰਕਾਰ ਨੂੰ ਬੇਨਤੀ ਆ। ਹੁਕਮ ਤਾਂ ਦੇ ਨਹੀਂ ਸਕਦੇ, ਅੰਦਰ ਕਰਾ ਦਿੰਦੇ ਹੋ ਤੁਸੀਂ? ਪਹਿਲਾਂ ਹੀ ਸੀਮੈਂਟ ਫੜ ਕੇ ਇੱਥੋਂ ਸੇਮ। ਹਾਂਜੀ, ਜਾਂ ਲੈ ਕੇ ਆ ਬਦਰੀ ਰੋਡ। ਆ ਪਿੱਛੇ ਬੈਠਾ ਸੀਐਮ ਸਾਹਿਬ, ਕਰਾਓ ਹੱਲ ਕੋਈ। ਨਹੀਂ ਕੋਈ ਨਹੀਂ ਕਰਾਵਾਂਗੇ, ਪਹਿਲਾਂ ਸਾਨੂੰ ਐਮਪੀ ਬਣਾਓ। ਭਰਾਵਾ ਤੈਨੂੰ ਸੀਐਮ ਬਣਾਈ ਬੈਠਾ, ਤੂੰ ਐਮਪੀ ਦੀ ਗੱਲ ਕਰ ਭਰਾ। ਯਾਰ ਐਮਸੀ ਬਣਨ ਨੂੰ ਕਿਹੜਾ ਬਣਾਵਾਂ ਭਰਾ, ਉਹ ਵੀ ਦੂਜੇ ਵਾਲਾ। ਉਹ ਦੇਖੋ ਬਈ, ਜਵਾਕ ਨੇ ਨਾ ਹੱਥ ਬਾਹਰ ਕੱਢਿਆ ਹੋਇਆ ਗੱਡੀ ਚੋਂ, ਨਾਲੋਂ ਦੇ ਘਰ ਦੇ ਬੈਠੇ ਆ, ਪਰ ਸਾਡੇ ਹੀ ਘਰ ਦੇ ਨੇ ਸਾਨੂੰ ਇੰਨੀਆਂ ਕਹਾਣੀਆਂ ਸੁਣਾਈਆਂ ਨਾ ਬਈ ਇਸ ਰਿਲੇਟਡ। ਮੈਂ ਦੱਸ ਯਾਰ, ਇੱਕ ਵਾਰੀ ਕਹਿੰਦੇ ਤੇਰੇ ਮਾਸੜ ਦਾ ਨਾ ਦੋਸਤ ਹੁੰਦਾ ਸੀ, ਉਹ ਟਰੱਕ ਚਲਾਉਂਦਾ ਸੀਗਾ, ਉਹਨੇ ਬਾਹਰ ਨਾ ਬਾਂਹ ਕੱਢ ਲਈ, ਉਹਦੇ ਹੱਥ 'ਚ ਛਾਪ ਪਾਈ ਸੀ, ਉਹ ਬਾਂਹ ਵੱਢ ਕੇ ਲੈ ਗਿਆ ਕੋਈ। ਇੱਦਾਂ ਦੀਆਂ ਘਾਣਾ ਸੁਣਾਉਂਦੇ ਸੀ ਵੀ ਅੰਦਰ ਕਰ ਲਵੇ ਬਾਂਹ ਜਿਹਦੀ ਇਹਦੀ। ਸਿੰਗਰ ਸਾਹਿਬ ਪਹਿਲਾ ਗਾਣਾ ਬਾਈ ਜੀ ਆਪਣਾ, ਜ਼ਿੰਦਗੀ ਦਾ, ਜ਼ਿੰਦਗੀ ਦਾ, ਜ਼ਿੰਦਗੀ ਦਾ ਪਹਿਲਾ ਗਾਣਾ ਤੇ ਪਹਿਲੇ ਜੀ ਧੱਕ ਪਈ ਪਈ ਆ ਮੁੰਡੇ ਨੇ। ਤੁਸੀਂ ਬਸ ਸੁਣਿਓ ਠੀਕ ਆ, ਜਦੋਂ ਆ ਗਿਆ ਤੇ ਬਈ ਦੱਸਦੇ ਕਿਹੜੇ ਚੈਨਲ ਤੇ ਆਉਣਾ ਵਾ, ਚੈਨਲ ਦਾ ਨਾਮ ਅਜੇ ਰੱਖਣਾ ਬਾਈ। ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਆਇਆ ਰਹਿੰਦਾ, ਜਾ ਕੇ ਸਬਸਕ੍ਰਾਈਬ ਕਰ ਲਓ, ਅੱਗੇ ਜਾ ਕੇ ਦੱਸਦੇ ਆ ਪੂਰੀ ਗੱਲ। ਇਹ ਤਾਂ ਬਿਲਕੁਲ ਰਫ ਆ, ਇਹਨਾਂ ਨਾ ਸੋਚੋ ਤੁਸੀਂ। ਹੁਣ ਬਾਈ ਜੀ ਗਾਣਾ ਆਪਣਾ ਤੇ ਰਿਕਾਰਡ ਹੋ ਰਿਹਾ, ਪੂਰਾ ਘੈਂਟ ਗਾਣਾ ਵਾ, ਜਦੋਂ ਤੱਕ ਆ ਆਊਗਾ ਨਾ 2% ਵੀ ਨਹੀਂ ਹੋਇਆਗਾ, ਜਦੋਂ ਆਊਗਾ ਤੁਸੀਂ ਫਿਰ ਲਾ ਦੋਗੇ ਬਾਈ ਸ਼ੇਅਰ ਕਰ ਕਰਕੇ। ਤੇ ਯਾਰ ਇੱਕ ਗੱਲ ਦੱਸਣੀ ਤੁਹਾਨੂੰ ਕਿ ਜਿਹੜਾ ਆਪਣਾ ਚੈਨਲ ਆ ਜਿਹਨ 'ਤੇ ਗਾਣਾ ਆਉਣਾ ਵਾ ਹਨਾ, ਉਹਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਸਬਸਕ੍ਰਾਈਬ ਕਰ ਲਓ, ਕਿਉਂਕਿ ਯਾਰ ਬੀਂਗ ਬ੍ਰਾਂਡ ਦੇ ਚੈਨਲ 'ਤੇ ਵੀ 2 ਸਟ੍ਰਾਈਕ ਆਈਆਂ ਹੋਈਆਂ ਨੇ, ਤੇ ਕੋਈ ਪਤਾ ਨਹੀਂ ਤੀਜੀ ਵੀ ਆ ਜਾਵੇ ਛੇਤੀ। ਤੀਆ ਕਹਿੰਦੇ 10,000 ਸਬਸਕ੍ਰਾਈਬਰ ਕਰ ਦਿਓ, ਨਾਲ ਹੀ ਗਾਣਾ ਆ ਜਾਊਗਾ ਇਹ ਗਾਣਾ ਆ ਜਾਊ, ਉਦੋਂ ਬਾਅਦ ਹੋਰ ਗਾਣੇ ਜਿਹੜੇ ਆਪਣੇ ਜਿਹੜੀ ਮੇਰੀ ਮੇਨ ਪ੍ਰੀ ਵੈਡਿੰਗ ਆ ਉਹ ਵੀ ਚੈਨਲ 'ਤੇ ਹੀ ਆਉਣੀ ਆ, ਤਾਂ ਫਟਾਫਟ ਸਬਸਕ੍ਰਾਈਬ ਕਰ ਲਓ, ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਆ ਗਾਣੇ ਦਾ, ਠੀਕ ਆ? ਹਾਂਜੀ ਹਾਂਜੀ। ਹੁਣ ਬਸ ਮਿਊਜ਼ਿਕ ਰੈਡੀ ਹੋ ਚੁੱਕਿਆ, ਹੁਣ ਪਹਿਲਾਂ ਅਮਨਵੀਰ ਜੀ ਜਾਣਗੇ ਆਪਣੇ ਤਗੜੇ ਸਿੰਗਰ ਜੀ, ਹਜੇ ਤਾਂ ਮੇਰਾ ਟੈਂਪੋ ਸੈੱਟ ਕਰ ਰਿਹਾ ਵਾ ਬਸ, ਉਦੋਂ ਬਾਅਦ ਆਪਾਂ ਹੋ ਗਈ ਆ ਬਸ ਰਿਕਾਰਡਿੰਗ ਹੀ ਆ ਹੁਣ, ਜਸਟ ਵੈਸੇ ਆ। ਹੁਣ ਬਈ ਗਾਣਾ ਦਾ ਰਿਕਾਰਡ ਹੋ ਚੁੱਕਾ, ਉਹਨੂੰ ਖਾਣ ਨੂੰ ਲੱਭ ਰਿਹਾ ਕੋਈ ਯਾਰ, ਮਿਲ ਨਹੀਂ ਰਿਹਾ। ਓਏ ਓਏ ਹੈਗੀ ਦੁਕਾਨ ਇੱਧਰ, ਚੱਲਦੇ ਆ। ਹਾਂ ਇੱਧਰ ਚੱਲਦੇ ਆ। ਨਹੀਂ ਯਾਰ ਉਹ ਸੋਹਣਾ ਨਹੀਂ, ਸੋਹਣਾ ਨਹੀਂ, ਆ ਨਹੀਂ ਜਾਣਾ, ਲੈ ਉਹ ਤੇ ਬੁੱਗੀਆਂ ਲੈਣੀਆਂ ਖਾਂਦੇ ਜਾਂਦੇ ਕਿੱਦਾਂ, ਆ ਨਹੀਂ ਜਾਣਾ, ਮੇਰਾ ਗੁਗਲੂ ਮੁਗਲੂ ਐ ਤੇਰਾ ਮੂੰਹ ਨਾਲ, ਇਹਦੇ ਨਾਲੋਂ ਜ਼ਿਆਦਾ ਤੇਰੇ ਮੂੰਹ 'ਚ ਲੂਣ ਐ। ਨਹੀਂ ਯਾਰ ਉਹ ਗੱਲ ਨਹੀਂ, ਮਤਲਬ ਜਿਵੇਂ ਮੈਕੜੀ ਮੁਕੜੀ ਲੱਭ ਜਾਵੇ ਆਪਾਂ ਨੂੰ ਪਤਾ ਹੁੰਦਾ ਵੀ ਟੇਸਟ ਕਿਹੋ ਜਿਹਾ ਵਾ ਉੱਥੇ, ਉਹ ਨਹੀਂ ਕੋਈ ਗੱਲ ਬਈ। ਗਾਣਾ ਪੂਰਾ ਘੈਂਟ ਹੋ ਗਿਆ ਆਪਣਾ ਰਿਕਾਰਡ। ਹਾਂਜੀ ਹੁਣ ਬਈ ਆ ਚੁੱਕਿਆ ਆਪਾਂ ਖੰਨੇ, ਦਿਖਾ ਦੇ ਬਈ ਮੋਲ। ਹਾਂਜੀ ਹਾਂਜੀ, ਖੰਨੇ ਵਾਲ ਨੂੰ ਪਤਾ ਹੀ ਹੋਣਾ ਇਹੀ ਇੱਕ ਤੇ ਵਧੀਆ ਮੋਲ ਆ,
ਤੇ ਬਾਬਾ ਖਾਣ ਪੀ ਲਈ ਯਾਰ, ਪਰ ਰੁਕਿਆ ਇੱਥੇ, ਸਮਝ ਨਹੀਂ ਆ ਰਹੀ ਵੀ ਕਿੱਥੋਂ ਮਿਲਦੀਆਂ ਉਹ ਵਾਲੀ। ਤੇ ਹੁਣ ਆਪਾਂ ਸਰਚ ਕੀਤਾ ਸੀਗਾ, ਮੈਂ ਗੂਗਲ ਮੈਪ ਤੇ ਫੋਨ ਵੀ ਲਾਇਆ ਸੀਗਾ ਆਪਾਂ ਨੂੰ, ਉਹਨਾਂ ਨੂੰ ਕਹਿੰਦੇ ਪਤਾ ਕਰਕੇ ਦੱਸਦੇ ਆ, ਪਰ ਆਇਆ ਨਹੀਂ ਫੋਨ ਹਜੇ ਤੱਕ। ਚਲੋ ਪਤਲਾ ਖਾਈਏ ਪੀਏ ਕੋ ਯਾਰ, ਭੁੱਖ ਬਾਹਲੀ ਜ਼ਿਆਦਾ ਲੱਗੀ ਆ ਯਾਰ। ਆਹ ਕੀ ਬਦਮਜੀ ਕੀਤੀ ਆ, ਆਹ ਕੀਤਾ ਖਲਾਰ ਤੇ ਸਾਰੀਆਂ ਚੱਕ ਦੇ ਨੂੰ ਓਏ, ਆ ਬਿੱਲਾ ਦਿਖਾ। ਅੱਛਾ ਸਿੱਧਾ ਹੋ ਜਾਂਦਾ ਇਹ ਫੀਚਰ ਆ ਵੀਰੇ, ਆਟੋਮੈਟਿਕ ਫੀਚਰ ਆ ਇਹ, ਦੇਖੋ ਇਹ ਸੱਟੀ ਬਾਬਾ ਇਹਨੂੰ ਜਮਾ ਸਿੱਧਾ ਹੋ ਜਾਂਦਾ ਇਹ ਤਾਂ ਯਾਰ, ਇਹ ਤਾਂ ਵੀਰੇ ਪੂਰਾ ਵਧੀਆ ਘੈਂਟ ਆ ਬਾਬੇ ਬਿੱਲਾ। ਅਸੀਂ ਇਹੀ ਨੋਟ ਕਰ ਰਹੇ ਸੀਗੇ ਵੀ ਜਿਵੇਂ ਕਈ ਹਨਾ ਕੁੱਤੇ ਤਾਂ ਹੀ ਡਿੱਗ ਜਾਂਦੇ ਆ, ਤਾਂ ਬਿੱਲੇ ਸਹੀ ਆ ਕਿ ਨਹੀਂ। ਨਾਮ ਕੀ ਆ ਇਹਦਾ? ਇੱਥੇ ਬੰਦੂਕਾਂ ਲੈਣਾ ਆ ਕੀ ਕਰੀ ਜਾਂਦਾ ਹੋਏ, ਦੇਖੀ ਚੱਲੇ ਜਦੋਂ ਟੱਪਣਾ ਲਾਇਆ ਨਾ ਗਲੋਕ, ਕਿਹੜੀ ਬਿੱਲੇ ਦਾ ਵੀ ਘਰ ਆ ਦੇਖ ਲਾ, ਝੁੱਗੀ ਚ ਰਹਿੰਦਾ ਮੇਰਾ ਵੀ ਘਰ ਹੀ ਆ, ਤੂੜੀ ਵਾਲੇ ਪਾਸੇ ਪਾ ਦਿੰਦੇ ਆ ਭਰਾਵਾ, ਦੇਖ ਲਾ ਇਹਦੇ ਲਈ ਵੀ ਘਰ ਆ, ਫਿਰ ਉਹਦਾ ਚੰਗਾ ਹੀ ਆ ਯਾਰ, ਬਾਕੀ ਮੇਰੇ ਨਾਲ ਚੰਗਾ ਯਾਰ। ਹੁਣ ਬਈ ਰਾਤ ਬੱਗੇ ਕੋਲੇ ਰਹਿ ਲਈ ਸੀਗੀ ਮੋਹਾਲੀ ਵਿੱਚ, ਹੁਣ ਆਪਾਂ ਲੈ ਕੇ ਆਉਂਦੇ ਹਾਂ ਉਹ ਵਾਲੀ ਗੰਨ ਤੇ ਫਿਰ ਮਿਲਦੇ ਹਾਂ। ਹੁਣ ਆਪਾਂ ਆ ਚੁੱਕਿਆ ਸ਼ੋਪ ਤੇ, ਤੁਹਾਨੂੰ ਪਤਾ ਹੀ ਯਾਰ ਆਪਾਂ ਨੂੰ ਕਿੰਨਾ ਸ਼ੌਂਕ ਆ ਜਾਂਦਾ, ਮਤਲਬ ਅੱਜ ਕੱਲ੍ਹ ਤਾਂ ਹਰੇਕ ਯਾਰ ਨਾਗਰਿਕ ਨੂੰ, ਮਤਲਬ ਆਪਣੇ ਪੰਜਾਬੀ ਨਾਗਰਿਕ ਨੂੰ ਮਤਲਬ ਸ਼ੌਂਕ ਚੜਿਆ ਹੋਇਆ ਜਾਂਦਾ। ਪਰ ਚੱਕਰ ਇਹ ਆ ਕਿ ਯਾਰ ਕਈ ਗੰਨਾਂ ਲਈ, ਮਤਲਬ ਹਰੇਕ ਗੰਨਾਂ ਲਈ ਲਾਇਸੈਂਸ ਲੈਣਾ ਪੈਂਦਾ, ਪਰ ਜਿਹੜੀਆਂ ਇਹ ਗੰਨਾਂ ਨੇ ਨਾ ਇਹ ਮਤਲਬ ਆਧਾਰ ਕਾਰਡ 'ਤੇ ਹੀ ਮਿਲ ਜਾਂਦੀਆਂ ਨੇ, ਅਤੇ ਇਹਦੇ ਲਈ ਕੋਈ ਵੀ ਲਾਇਸੈਂਸ ਨਹੀਂ ਲੈਣਾ ਪੈਂਦਾ, ਕਿਉਂਕਿ ਜਿਹੜੀਆਂ ਇਹ ਗੰਨਾਂ ਹੁੰਦੀਆਂ ਨੇ ਇਹ ਨੇ ਏਅਰ ਰਾਈਫਲਸ ਤੇ ਬੋਇਆ ਦਾ ਘੈਂਟ ਨੇ, ਇੱਥੇ ਬਹੁਤ ਤਰ੍ਹਾਂ ਨੇ ਦਿਖਾਈ ਮਾੜਾ ਯਾਰ, ਜਿਹਦੇ ਸ਼ੌਂਕ ਪੂਰਾ ਕਰਨਾ ਕਰ ਸਕਦਾ। ਹਾਂ ਇੱਕ ਆਹ ਦੇਖ ਆ ਵੀ ਆ, ਇਹਦੇ ਵਿੱਚ ਫਿਰ ਇੱਥੇ ਪੈਂਦੀਆਂ ਗੋਲੀਆਂ ਬੀਜੀ, ਠੀਕ ਆ, ਥੱਲੇ ਮੁੜ ਕੇ ਐਂ ਲੱਗ ਜਾਂਦੀਆਂ, ਠੀਕ ਆ, ਲੱਗ ਗਈ ਬਸ ਜੀ, ਇਹਨਾਂ ਮੁੜ ਤੁਸੀਂ ਲਓ ਨਿਸ਼ਾਨੇ। ਮੈਂ ਗੱਲ ਦੱਸ ਦੇਵਾਂ, ਵੀਡੀਓ ਬਣਾਉਣਾ ਮਿਕਸਰ ਆ, ਤੁਹਾਨੂੰ ਪਤਾ ਆਪਣੇ ਸ਼ੌਂਕ ਤਾਂ ਬਹੁਤ ਨਿਸ਼ਾਨੇਬਾਜ਼ੀ ਦਾ, ਤਾਂ ਇਹ ਸਿਰਫ ਗੰਨਾ ਉਹਦੇ ਲਈ ਆ, ਜਿਵੇਂ ਕੋਈ ਟ੍ਰੇਨਿੰਗ ਹੁੰਦੀ ਆ ਹਨਾ, ਨਿਸ਼ਾਨਾ ਪੱਕਾ ਕਰਨਾ ਹੋਵੇ ਓਦਾਂ ਵੀ ਆਪਣੇ ਯਾਰ ਸ਼ੌਂਕ ਹੁੰਦਾ ਹਨਾ, ਕਈ ਵਾਰੀ ਨਿਸ਼ਾਨੇ ਲਾਉਣ ਦਾ ਮਤਲਬ ਕੋਈ ਵੀ ਗਲਤ ਤਰੀਕੇ ਨਾਲ ਨਹੀਂ ਹਨਾ, ਨਿਸ਼ਾਨੇ ਮਤਲਬ ਸਮਝ ਹੀ ਗਏ ਹੋ, ਜਿਵੇਂ ਨਿਸ਼ਾਨਾ ਜਿਵੇਂ ਘਰੇ ਆਪਾਂ ਏਮ ਪ੍ਰੈਕਟਿਸ ਕਰ ਸਕਦੇ ਹਾਂ, ਕਿਸੇ ਨੂੰ ਸ਼ੌਂਕ ਹੁੰਦਾ ਵਾ, ਸ਼ੌਂਕ ਹੀ ਹੁੰਦਾ, ਬਾਕੀ ਅੱਜ ਕੱਲ੍ਹ ਸਪੋਰਟਸ ਲਈ ਬਹੁਤ ਯੂਜ਼ ਹੁੰਦਾ ਆ, ਸਪੋਰਟਸ ਲਈ ਮੇਨ ਤਾਂ ਹੈ ਹੀ ਸਪੋਰਟਸ ਲਈ ਆ ਸਾਰੀਆਂ, ਠੀਕ ਆ, ਦੱਸਦਾ ਜਿਹੜੀਆਂ ਆਹ ਗੰਨਾਂ ਨੇ ਇਹ ਠੀਕ ਸਾਰੀਆਂ ਸਪੋਰਟਸ ਲਈ ਨੇ, ਤੇ ਇਹ ਹੈਗੀਆਂ ਏਮ ਪ੍ਰੈਕਟਿਸ ਲਈ, ਏਮ ਪ੍ਰੈਕਟਿਸ ਲਈ ਨੇ, ਇਹ ਸਾਰੀਆਂ ਸਪੋਰਟਸ ਵਾਲੀਆਂ ਨੇ ਜਿਹੜੀਆਂ ਆਹ ਨੇ, ਠੀਕ ਆ, ਆਪਾਂ ਲੋਡ ਕੀਤੀ ਹਨਾ, ਇਹਦਾ ਆਟੋਮੈਟਿਕ ਲੋਕ ਲੱਗਣਾ ਬਾਈ ਆਪਣੇ ਆਪ ਹੀ, ਠੀਕ ਆ, ਲੋਕ ਲੱਗ ਗਿਆ, ਲੋਕ ਖੋਲਾਂਗੇ ਹੁਣ, ਦੇਖ ਫੇਰ ਮਾਰ ਸਕਦੇ, ਦੇਖ ਸਕਦੇ ਹੋ ਲਾਇਸੈਂਸ ਨਹੀਂ ਲੈਣਾ ਪੈਂਦਾ। ਐਜ਼ ਪਰ ਆਮ ਰੂਲਸ 2016 ਨੋਨ ਨੋ ਲਾਇਸੈਂਸ ਇਜ਼ ਰਿਕੁਆਇਰਡ ਫਾਰ ਏਅਰ ਪਿਸਟਲਸ ਆਫ 0.177 ਕੈਲੀਬਰ ਲੈਸ ਦੈਨ 20 ਜੂਲਸ
20 ਜੂਲਸ ਤੋਂ ਜਿਹੜੀ ਘੱਟ ਹੁੰਦੀ ਆ ਪਾਵਰ ਉਹਦੇ ਲਈ ਆਪਾਂ ਨੂੰ ਲਾਇਸੈਂਸ ਦੀ ਲੋੜ ਨਹੀਂ ਪੈਂਦੀ ਇੰਡੀਆ ਦੇ ਵਿੱਚ। ਇਹ ਸਾਰੀਆਂ ਗੱਲਾਂ 20 ਜੂਲ ਤੋਂ ਘੱਟ ਨੇ, ਪਤਾ ਨਹੀਂ ਜੂਲ ਹੁੰਦਾ ਕੀ ਹੁੰਦਾ, ਜੂਲ ਉਹਨੂੰ ਪ੍ਰੋਨਾਂਸ ਕਰ ਦਿੰਦੇ ਆ ਜੇ ਉਹ ULES ਕਹਿੰਦੇ ਆ। ਤੁਸੀਂ ਦੇਖ ਸਕਦੇ ਹੈ ਪੂਰੀਆਂ ਘੈਂਟ ਨੇ, ਪੂਰੀ ਫੀਲਿੰਗ ਤਾਂ ਦੂਜੀ ਆਉਂਦੀ ਆ, ਅਸਲੀ ਵਾਲੀ ਹੈ ਨਾ, ਅਸਲੀ ਵਾਲੀ। ਆ ਦੇਖ ਰੁਕ ਜਾ ਕੇ ਜਮਾ ਅਸਲੀ ਮੂੰਹ ਵਾਲੀ ਖਦਰ ਕਰ ਲਈ ਦੇਖ ਰਿਹਾ ਪਰ ਮੈਚ ਬੜਾ ਇਹਦਾ ਮੈਗਜ਼ੀਨ ਇਹਦੀ ਲੱਗ ਗਿਆ। ਠੀਕ ਆ ਠੀਕ ਆ ਕਰ ਲਈ ਆਪਾਂ, ਠੀਕ ਆ ਲੱਗ ਗਿਆ ਲੈ ਜਦੋਂ ਠੀਕ ਆ ਮੈਗਜ਼ੀਨ ਖਾਲੀ ਆ ਤਾਂ ਪਿੱਛੇ ਫਸ ਜੂਗਾ ਆਪਣੇ ਇੱਥੇ ਤੱਕ ਪਤਾ ਨੀ ਮੈਨੂੰ ਬਾਹਰ ਨੀ ਹੁੰਦੇ। ਆਹ ਦੇਖ ਇੱਧਰ ਜਿਵੇਂ ਆਪਾਂ ਥੱਲੇ ਕਰਾਂਗੇ ਠੀਕ ਆ ਨਹੀਂ ਹੋਣਾ। ਆਹ ਦੇਖ ਮੁੜ ਕੇ ਇੱਧਰ, ਆਹ ਦੇਖ ਇੱਧਰ ਆਹ ਲੋਕ ਆ ਨਾ ਥੱਲੇ ਹੁੰਦੇ ਰਹਿੰਦੇ ਵੇਰੀ ਕਰਦਾ ਕੀ ਰੇਟ ਚੱਲ ਰਿਹਾ ਮਾਰਕੀਟ ਦੇ ਵਿੱਚ। ਪਰ ਮੇਨ ਗੱਲ ਕੀ ਆ ਇੱਥੇ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਸਿਰਫ 1500 ਰੁਪਏ ਦੀ, 1500 ਰੁਪਏ ਦੀ ਆਹ ਗੱਲਾਂ ਦਿਖਾ। ਆਹ ਦੇਖੋ ਬਾਈ ਆ 1500 ਦੀ ਆ, ਇਹਨੂੰ ਵੀ ਮੈਂ ਕਹਿਣਾ ਚਾਹੁੰਦਾ ਵੀ ਓਕੇ ਤਰੀਕੇ ਨਾਲ ਕੋਈ ਵੀ ਯਾਰ ਯੂਜ਼ ਨਾ ਕਰੋ ਹੈ ਨਾ। ਇਹ ਜਿਹੜੀ ਵੀਡੀਓ ਸਿਰਫ ਐਜੂਕੇਸ਼ਨ ਲਈ ਆ ਕਿਉਂਕਿ ਆਪਾਂ ਬਹੁਤ ਟਾਈਮ ਤੋਂ ਹੈ ਨਾ ਦੇਖ ਰਹੇ ਸੀ ਗੱਲਾਂ। ਆਹ ਪੈਂਦੀਆਂ ਗੋਲੀਆਂ ਇਹਨਾਂ 'ਚ, ਆ ਰਹੀਆਂ ਗੋਲੀਆਂ, ਗੋਲੀਆਂ ਵੀ ਦਿਖਾ ਦੇ, ਆਹ ਗੋਲੀਆਂ ਤਗੜੀਆਂ ਪੂਰੀਆਂ, ਗੋਲੀਆਂ ਅੱਡ ਅੱਡ ਤਰ੍ਹਾਂ ਦੀਆਂ ਦੇਖ ਲਈਆਂ ਵਾਲੀਆਂ ਗੋਲੀਆਂ, ਮੈਂ ਕੋਟ ਪਾਉਣਾ ਖਰਚਾ ਇੱਕ ਹੁੰਦੀਆਂ ਕਾ ਹੁੰਦੀਆਂ ਜਾਂਦੀਆਂ ਨਾਲੇ ਬਾਈ ਜਿਹੜੀਆਂ ਨਾ। ਚੱਲ ਆਹ ਦੇਖ ਇੱਧਰ ਖੋਲ 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 ਉਹਨੂੰ ਖੋਲ ਕਿਉਂਕਿ ਇਹਨਾਂ ਵਿੱਚ ਵੀ ਨਾ ਇੱਕ ਨਾ ਅਲੱਗ ਅਲੱਗ ਤਰ੍ਹਾਂ ਦਾ ਸਿਸਟਮ ਹੁੰਦਾ ਕਿਉਂਕਿ ਜਿਹੜੀਆਂ ਆਹਲੀਆਂ ਨੇ ਇਹਦੇ ਵਿੱਚ ਇੱਕ ਸਪਰਿੰਗ ਹੁੰਦਾ ਹਨਾ ਜਿਹਦੇ ਨਾਲ ਮਤਲਬ ਅੱਗੇ ਨਿਕਲਦੀ ਹੈ ਗੋਲੀ, ਪਰ ਜਿਹੜੀਆਂ ਇਹ ਹੁੰਦੀਆਂ ਨੇ ਇਹਨੇ ਵਿੱਚ ਕੋਈ ਪਤਾ ਨਹੀਂ ਅਲੱਗ ਤਰ੍ਹਾਂ ਦੀ ਗੈਸ ਬਣਦੀ ਹੈ, ਬੰਦੂਕਾਂ ਦੀ ਗੈਸ ਬਣਨ ਲੱਗ ਗਈ ਕਿ ਕਾਲੀ ਉਹ ਗਾ ਨਵੀਂ ਪਈ ਆ ਠੀਕ ਆ ਫਰੈਸ਼ ਆ ਜਮੀ ਜਿਹੜੀ ਇਹ ਆ ਨਾ ਇਹਦੇ 'ਚ ਹੁੰਦਾ ਸਪਰਿੰਗ ਤੇ ਇਹਦੇ ਵਿੱਚ ਕੋਈ ਇੱਦਾਂ ਦਾ ਮਕੈਨਿਜ਼ਮ ਆ ਇਹਦੇ ਵਿੱਚ ਗੈਸ ਇਕੱਠੀ ਹੁੰਦੀ ਆ। ਇਹ ਮੇਲੇ ਚੋਂ ਜਿਵੇਂ ਮੇਲੇ 'ਚ ਹੁੰਦੀਆਂ ਨੇ ਇਹ ਮੇਲੇ ਵਾਲੀ ਥੋੜਾ ਥੋੜਾ ਪਿੱਛੇ ਹੋ ਜਾਓ, ਆਹ ਜਿਹੜੀ ਟੈਕਨੋਲੋਜੀ ਨਵੀਂ ਵਾਲੀਆਂ ਇਹ ਜਮਾਂ ਨਵੀਂ ਵਾਲੀਆਂ ਆਪਾਂ ਕਹਿੰਦਾ ਆ ਦੋ ਲੈਣੀਆਂ ਕਿਹੜੀਆਂ ਲਈਆਂ ਇਹਨਾਂ 'ਚੋਂ, ਆਹ ਸਭ ਤੋਂ ਮਹਿੰਗੀ ਤਾਂ ਲੈ ਲਈ ਮੈਂ, ਇਹ ਮੈਂ ਲੈ ਲਈ ਹੈ ਸਭ ਤੋਂ ਮਹਿੰਗੀ ਹੈ ਪਰ ਮੈਂ ਦੇਣ ਤੇ ਆਇਆ ਹੋਇਆ ਸੀਗਾ। ਮੈਂ ਸੱਚੀ ਚੀਜ਼ ਹੀ ਲਈ ਖੜਾ ਵਾ, ਮੇਰੇ ਹੱਲ ਨੂੰ ਨਾ ਦੇਖ ਤੇ ਬਾਕੀ ਨਿਕਲ ਗਈ ਨਾ। ਪਰ ਇਹ ਆ ਯਾਰ ਜਿਹੜੀਆਂ ਗੱਲਾਂ ਨੇ ਅਲੱਗ ਅਲੱਗ ਪ੍ਰਾਈਸਿੰਗ ਦੇ ਹਿਸਾਬ ਨਾਲ ਦੇ ਹਨਾ, ਤੇ ਸਿਰਫ ਹੈ ਮੇਨ ਹੁਣ ਮੈਂ ਗੱਲ ਦੱਸਦਾ ਐਜੂਕੇਸ਼ਨ ਲਈ ਆ ਕਿਉਂਕਿ ਬਹੁਤ ਕਮੈਂਟ ਆਉਂਦੇ ਯਾਰ ਵੀ ਹਨਾ ਏਮ ਪ੍ਰੈਕਟਿਸ ਲਈ ਜਾਂ ਸਪੋਰਟਸ ਲਈ ਮਿਲਣ। ਆਹ ਦੇਖ ਹੋਰ ਬਹੁਤ ਗੱਲਾਂ ਪਈਆਂ, ਆਹ ਰੰਗ ਦੇਖੋ ਕਿੰਨੇ ਘੈਂਟ ਰੰਗ ਆ ਇਹਦੇ, ਆਹ ਦੇਖ ਫੌਜੀ ਰੰਗ ਆ ਨਾ, ਫੌਜੀ ਵਰਗਾ ਨਹੀਂ ਆਹ ਵਾ ਠੀਕ ਆ। ਆਹ ਦੇਖ ਜਮਾਂ ਜਵਾਕਾਂ ਕੋਲ ਦੇਖ ਤਾਂ ਛੋਟੀ ਵੀ ਆ ਜਿਵੇਂ ਕਹਿੰਦੀ ਬਲੂ ਦਾ ਜਵਾਕ ਹੋ ਗਿਆ, ਇਹ ਰਾਈਫਲ ਵੀ ਆ ਇਹ ਵੀ ਆ ਬਿਜੀ ਯਾਰ। ਤੇ ਹੁਣ ਬਾਈ ਮੈਂ ਤਾਂ ਬਾਈ ਲੈਣ ਲੱਗਾ ਇਹ ਵਾਲੀ ਗੱਲ ਕਿਉਂਕਿ ਇਹਨੇ ਵੀ ਇਹੀ ਲਈ ਆ ਤਾਂ ਮੇਰਾ ਯਾਰ ਜੀ ਜਿਹਾ ਕਰ ਰਹੀ ਕਿਉਂਕਿ ਫੀਚਰ ਵੀ ਸਭ ਤੋਂ ਵੱਧ ਦਿੰਦੇ ਚਾ ਪਾਵਰ ਵੇਂ ਦੀ ਪੂਰੀ ਘੈਂਟ ਆ ਤਾਂ ਕਰਕੇ ਆਪਾਂ ਨੂੰ ਇਹੀ ਚਾਹੀਦੀ ਆ, ਹੁਣ ਆਪਾਂ ਇਹੀ ਲੈਣ ਲੱਗੇ ਹਾਂ ਮਤਲਬ ਖਰੀਦਣ ਲੱਗੇ ਹਾਂ ਇਹਨੇ ਲਈ ਆ।